ਇਹਦੇ ਪਿੱਛੋਂ ਯਿਸੂ ਨੇ ਫਿਰ ਆਪਣੇ ਤਾਈਂ ਤਿਬੇਰੀਅਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾ ਲਿਆ ਅਤੇ ਉਹਨੂੰ ਇਹ ਵਿਖਾ ਲਿਆ, ਸ਼ਮਾਉਨ ਪਤਰਸ ਅਰ ਥੋਮਾ ਜਿਹੜਾ ਦਿਦੂਮਸ ਕਹਾਉਂਦਾ ਹੈ, ਅਰ ਨਥੈਨੀਅਲ ਜੋ ਗਲੀਲ ਦੇ ਕਾਨਾਂ ਦਾ ਸੀ, ਅਰ ਜਬਦੀ ਦੇ ਪੁੱਤਰ, ਅਤੇ ਉਹਦੇ ਚੇਲਿਆਂ ਵਿੱਚੋਂ ਹੋਰ ਇਕੱਠੇ ਸਨ। ਸ਼ਮਾਉਨ ਪਤਰਸ ਨੇ ਉਹਨਾਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਉਹਨਾਂ ਉਸਨੂੰ ਕਿਹਾ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਉਹ ਨਿਕਲ ਕੇ ਬੇੜੀ ਉੱਤੇ ਚੜ੍ਹੇ ਅਤੇ ਉਸ ਰਾਤ ਕੁਝ ਨਾ ਫੜਿਆ। ਜਦ ਦਿਨ ਚੜ੍ਹਨ ਲੱਗਾ ਤਾਂ ਯਿਸੂ ਕੰਢੇ ਉੱਤੇ ਆਣ ਖਲੋਤਾ, ਪਰ ਚੇਲਿਆਂ ਨੇ ਨਾ ਸਿਆਤਾ। ਹੇ ਜਵਾਨੋ, ਤੁਸੀਂ ਖਾਣ ਨੂੰ ਕੁਝ ਫੜਿਆ? ਕੁਝ ਵੀ ਨਹੀਂ। ਬੇੜੀ ਦੇ ਸੱਜੇ ਪਾਸੇ ਜਾਲ ਪਾਓ, ਤੁਹਾਨੂੰ ਲੱਭੇਗਾ। ਸੋ ਉਹਨਾਂ ਪਾਇਆ ਅਤੇ ਮੱਛੀਆਂ ਦੇ ਬਹੁਤ ਹੋਣ ਕਰਕੇ ਉਹਨੂੰ ਫਿਰ ਖਿੱਚ ਨਾ ਸਕੇ। ਇਸ ਲਈ ਉਸ ਚੇਲੇ ਨੇ ਜਿਹਦੇ ਨਾਲ ਯਿਸੂ ਪਿਆਰ ਕਰਦਾ ਸੀ, ਪਤਰਸ ਨੂੰ ਆਖਿਆ, ਇਹ ਤਾਂ ਪ੍ਰਭੂ ਹੈ। ਸੋ ਜਾਂ ਸ਼ਮਾਉਨ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੂ ਹੈ, ਤਾਂ ਇਸ ਲਈ ਜੋ ਉਹ ਨੰਗਾ ਸੀ, ਉਹਨੇ ਉੱਤੇ ਦਾ ਲੀੜਾ ਲੱਕ ਨਾਲ ਬੰਨ੍ਹ ਕੇ ਝੀਲ ਵਿੱਚ ਛਾਲ ਮਾਰੀ। ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ ਵਿੱਚ ਆਏ, ਕਿਉਂਕਿ ਇਹ ਜ਼ਮੀਨ ਤੋਂ ਦੂਰ ਨਹੀਂ ਪਰ 200 ਹੱਥ ਦੀ ਵਿੱਥ ਤੇ ਸੀ। ਉਪਰੰਤ ਜਾਂ ਉਹ ਜ਼ਮੀਨ ਉੱਤੇ ਉਤਰੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਧਰੀ ਹੋਈ ਅਰ ਉਹਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ। ਉਹਨਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣੇ ਫੜੀਆਂ ਹਨ। ਸੋ ਸ਼ਮਾਉਨ ਪਤਰਸ ਨੇ ਚੜ੍ਹ ਕੇ ਉਸ ਜਾਲ ਨੂੰ ਜ਼ਮੀਨ ਤੇ ਖਿੱਚਿਆ ਜਿਹਦੇ ਵਿੱਚ 153 ਵੱਡੀਆਂ ਵੱਡੀਆਂ ਮੱਛੀਆਂ ਸਨ ਅਤੇ ਇੰਨੀਆਂ ਮੱਛੀਆਂ ਹੁੰਦੀਆਂ ਵੀ ਉਹ ਜਾਲ ਨਾ ਟੁੱਟਿਆ। ਆਓ ਭੋਜਨ ਛਕੋ। ਚੇਲਿਆਂ ਵਿੱਚੋਂ ਕਿਸੇ ਦਾ ਹਿਆਉ ਨਾ ਪਿਆ ਜੋ ਉਹਨੂੰ ਪੁੱਛੇ, ਤੂੰ ਕੌਣ ਹੈ? ਕਿਉਂਕਿ ਉਹ ਜਾਣਦੇ ਸਨ ਭਈ ਇਹ ਪ੍ਰਭੂ ਹੈ। ਯਿਸੂ ਆਇਆ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ ਅਤੇ ਮੱਛੀ ਵੀ। ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਨ ਦਿੱਤਾ।